ਤੁਹਾਡੇ ਕੋਲ ਆ ਰਿਹਾ ਹੁਣ ਬਸ 10 ਮਿੰਟ ਪਹੁੰਚਣਾ ਸਾਰੀ ਦੁਨੀਆਂ ਤੇ ਜਾਣਦੀ ਸਾਨੂੰ ਨਾ ਸਾਰੀ ਦੁਨੀਆਂ ਜਾਣਦੀ ਹੈ ਪਿਆਰ ਵੀ ਕਰਦੇ ਨੇ ਲੇਕਿਨ ਜਿਹੜੀ ਕਿ ਇੱਥੇ ਜਿਹੜੀ ਅਸੀਂ ਮੌਜੂਦਾ ਸਾਡੀ ਹੈਗੀ ਆ ਸਦ ਤੂੜ ਹੋਏ ਰੇ ਹਾਂ ਸਦ ਤੂੜ ਸਾਜਨ ਅਸੀਂ ਭਾਈ ਮਰਦਾਨਾ ਜੀ ਦੀ ਅੰਸ਼ ਬੰਸ਼ 'ਚੋਂ 18ਵੀਂ ਔਰ 19ਵੀਂ ਅੰਸ਼ ਬੰਸ਼ 'ਚੋਂ ਇਹ ਜੱਥਾ ਹੈ ਜਿਹਦੀ ਕੀਰਤਨ ਦੀ ਦਾਤ ਬਖਸ਼ੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਵੱਡੇ ਵਲੀ ਸੰਤ ਦਰਵੇਸ਼ ਮਹੰਤ ਸਨ ਜਿਨ੍ਹਾਂ ਨੇ ਮਜ਼ਹਬ ਦਾ ਫਰਕ ਨਹੀਂ ਪਾਇਆ ਇਸ ਲਈ ਬਾਬਾ ਜੀ ਨੂੰ ਜਿੰਨੇ ਵੀ ਮਤ ਧਰਮ ਦੇ ਲੋਕ ਨੇ ਉਹਨਾਂ ਨੂੰ ਆਪਣਾ ਸਮਝਦੇ ਸਨ ਔਰ ਉਹਨਾਂ ਦੀ ਤਾਲੀਮਾਤ 'ਤੇ ਅਮਲ ਕਰਦੇ ਸਨ ਕਿਉਂਕਿ ਭਾਈ ਮਰਦਾਨਾ ਜੀ ਤਾਂ ਮੁਸਲਮਾਨ ਹੀ ਸੀ ਨਾ ਮੁਸਲਮਾਨ ਹੀ ਉਹਨਾਂ ਦੀ ਆਪਣਾ ਕਬਰ ਵੀ ਸੀ ਨਾ ਅਫਗਾਨਿਸਤਾਨ ਖੁਰਮਾ ਸ਼ਹਿਰ ਦੇ ਵਿੱਚ ਅਤੇ ਜਿਹੜੇ ਆਖਰੀ ਸਾਹ ਸੀ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਗੋਦ 'ਚ ਦਿੱਤੇ ਨੇ ਭਾਈ ਮਰਦਾਨਾ ਜੀ ਦੇ ਅਤੇ ਭਾਈ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਮਰਦਾਨੇ ਆ ਤੇਰਾ ਕੀ ਕਰੀਏ 47 ਸਾਲ ਨਾਲ ਰਹੇ ਸੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਅਤੇ ਹੁਕਮ ਸੀ ਕਿ 24 ਘੰਟਿਆਂ 'ਚ ਤੂੰ ਜਦੋਂ ਮਰਜ਼ੀ ਆ ਸਕਣਾ ਮਰਦਾਨੇ ਆ ਸਿਰਫ ਉਹਨਾਂ ਨੂੰ ਆਰਡਰ ਸੀ ਅਤੇ ਉਹਨਾਂ ਨੇ ਕਿਹਾ ਵਾਹ ਬਾਬਾ ਸਾਰੀ ਉਮਰ ਤੇਰੇ ਨਾਲ ਗੁਜ਼ਾਰਤੀ ਜੰਗਲਾਂ 'ਚ ਪਹਾੜਾਂ 'ਚ ਉਦਾਸੀਆਂ 'ਚ ਨਾਲ ਲਈ ਫਿਰਦੇ ਅਤੇ ਅੱਜ ਜਦੋਂ ਮੇਰਾ ਆਖਰੀ ਟਾਈਮ ਆਇਆ ਤਾਂ ਤੂੰ ਮੈਨੂੰ ਪੁੱਛ ਰਿਹਾ ਕਿ ਮੇਰਾ ਕੀ ਕਰਨਾ ਇਹ ਤਾਂ ਤੂੰ ਜਾਣ ਤੂੰ ਕਰਨਾ ਜੋ ਕਰਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਅਤੇ ਫਿਰ ਆਪ ਜੀ ਨੂੰ ਗੁਰੂ ਨਾਨਕ ਜੀ ਨੇ ਉੱਥੇ ਦਫਨ ਕੀਤਾ ਸੀ ਤਦਫੀਨ ਕੀਤੀ ਸੀ ਜਿਵੇਂ ਅਸੀਂ ਮੁਸਲਮਾਨ ਕਰਦੇ ਹਾਂ ਭਾਈ ਮਰਦਾਨਾ ਜੀ ਮੁਸਲਮਾਨ ਹੀ ਹੋ ਕੇ ਅਤੇ ਮੁਸਲਮਾਨ ਹੀ ਮਰੇ ਸੀ ਫੋਤ ਹੋਏ ਸੀ ਖੁਰਮੇ ਸ਼ਹਿਰ ਦੇ ਵਿੱਚ ਉੱਥੇ ਉਦਾਸੀਆਂ 'ਤੇ ਗਏ ਹੋਏ ਸੀ ਕਿ ਤੁਸੀਂ ਮੰਗਦੇ ਹੋ ਯਾਰ ਤੁਸੀਂ ਇਹ ਚੀਜ਼ ਸੋਚੋ ਕਿ ਇਹ ਮੰਗਦੇ ਕਿਉਂ ਨੇ ਕਿਉਂ ਮੰਗਦੇ ਨੇ ਚਲੋ ਅਸੀਂ ਮੰਗਦੇ ਹਾਂ ਅਸੀਂ ਤਾਂ ਜਾਂਦੇ ਹੀ ਮੰਗਣਾ ਅਸੀਂ ਮੰਨਦੇ ਕਿ ਅਸੀਂ ਮੰਗਦੇ ਹਾਂ ਅਸੀਂ ਜਾਂਦੇ ਹੀ ਮੰਗਣਾ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਗੁਰੂ ਰਾਮਦਾਸ ਮਹਾਰਾਜ ਦੇ ਲਾਹੌਰ ਦੇ ਵਿੱਚ ਅਸੀਂ ਮੰਗਣ ਹੀ ਜਾਂਦੇ ਹਾਂ ਚਲੋ ਇੱਥੋਂ ਹੀ ਲਾ ਲਓ ਕਦੀ ਪੰਥ ਨੇ ਸੋਚਿਆ ਕਿ ਇਹ ਕਿਉਂ ਮੰਗਦੇ ਨੇ ਕੀ ਵਜ੍ਹਾ ਇਹਨਾਂ ਦੀ ਮੰਗਣ ਦੀ ਵਜ੍ਹਾ ਸਿਰਫ ਇਹ ਕੀਰਤਨ ਦੇ ਮੌਕੇ ਹੀ ਨਹੀਂ ਹੈ ਇਹ ਤਾਂ ਸਾਡੀ ਬੇਨਤੀ ਹੈ ਬਾਹਰ ਦੀ ਜਿਹੜੀ ਇੰਟਾਇਰ ਸਿੱਖ ਕਮਿਊਨਿਟੀ ਹੈ ਅਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਨਾ ਅਸੀਂ ਜਾਂ ਸਪੈਸ਼ਲੀ ਇੰਡੀਆ ਦੇ ਵਿੱਚ ਹੈ ਨੇ ਕਿ ਜਿੱਥੇ ਮੈਜੋਰਿਟੀ ਹੈ ਇੱਥੇ ਤਾਂ ਸਿੱਖਾਂ ਦੀ ਮਾਈਨੋਰਿਟੀ ਹੈ ਨਾ ਕੀਰਤਨ ਦੇ ਮੌਕੇ ਹੋਣ ਅਸੀਂ ਪਾਗਲ ਮੰਗਾਂਗੇ ਅਸੀਂ ਮੰਗਦੇ ਕਾਹਦੇ ਵਾਸਤੇ ਹਾਂ ਛੋਟੇ ਛੋਟੇ ਬੱਚੇ ਨੇ ਸਾਡੇ ਉਹਨਾਂ ਨੂੰ ਪਾਲਣਾ ਨਹੀਂ ਉਹਨਾਂ ਨੂੰ ਖਵਾਉਣਾ ਨਹੀਂ ਲੇਕਿਨ ਮੈਂ ਔਨਲਾਈਨ ਤੁਹਾਨੂੰ ਕਹਿ ਰਿਹਾ ਕਿ ਇੱਕ ਕਰਮ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਜਿਹਦਾ ਮਹਾਰਾਜ ਦਾ ਰੁਬਾਬੀਆਂ 'ਤੇ ਸੀ ਉਹ ਸਾਡੇ 'ਤੇ ਹੀ ਹੈ This is just started singing, it was Jumma Di Namaz and it's Friday,
So they were singing over the prayer. People ran in and they started telling them, oh, close the door, but we forced them to keep the door open for lighting. But they kind of panicked while they were singing. Interview was good. They told us all the elders' names and their lineages, etc., etc., etc. ਅੱਛਾ ਬੋਸ ਆਪਾਂ ਜਾਣਾ ਕਿੱਧਰ ਹੈ ਇਕਰਾਰ ਜੀ ਜੀ ਕਿੱਥੇ ਜਾਣਾ ਹੈ ਸਿਆਲਕੋਟ ਐਮ ਐਮ ਆਲਮ ਦੇ U-turn at the roundabout. Yeah. You could just go around, eh? U-turn at the roundabout. Yeah. Yeah. Could just go around. No. Chai Junction. Look at that. On your left. But he's coming crap. Kima chai. Kima chai, chicken chai, nehari chai, chilim chai. Beef chai. Beef chai. Goat chai, aap baat kare. Kaun si chai chahiye aapko? Sab tarah ki chai hamare paas. Main vegetarian chai nahi hogi. Sorry, bhai jaan. And not open. You find talent within the rababi families. Yeah. And then you give them the talim. No, you don't have to impose any religious kind of obligations on them. Yeah. Do whatever the hell you want. Yeah. People need to commit and say that our dasband is going towards the rababi revival. Yes. If you really believe in this, we'd give our dasband to this. Then you have a full account which you can draw from. You know, sponsorships then go out. Yes. Yeah. So much can be done. Yeah. When is the start of the rababi revival? Mark my words.